ਸ਼੍ਰੋਮਣੀ ਕਮੇਟੀ ਦੇ ਕੁਛ ਕਰਮਚਾਰੀਆਂ ਨੇ, ਅਧਿਕਾਰੀਆਂ ਨੇ ਕੁਝ ਦੁਕਾਨਾਂ ਨੂੰ ਜਿੰਦੇ ਲਾਏ ਸੀ, ਦੁਕਾਨਦਾਰਾਂ ਦੀਆਂ ਦੁਕਾਨਾਂ ਨੂੰ, ਜਿਹਦੇ ਸੰਬੰਧ ਵਿੱਚ ਅਸੀਂ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਦੇ ਖਿਲਾਫ ਇੱਕ FIR ਦਰਜ ਕੀਤੀ ਹੈ ਕਬਜ਼ਾ ਕਰਨ ਸੰਬੰਧੀ, ਅਤੇ ਇੱਕ ਜਿਹੜੇ ਦੂਸਰੀ ਧਿਰ ਵੱਲੋਂ ਰਾਹ ਰੋਕਿਆ ਗਿਆ, ਆਉਣ ਜਾਣ ਵਾਲੇ ਰਾਹਗੀਰਾਂ ਨੂੰ ਪਰੇਸ਼ਾਨ ਕੀਤਾ ਗਿਆ, ਸੜਕ ਰੋਕ ਕੇ ਬੈਠ ਕੇ, ਇੱਕ FIR ਅਸੀਂ ਉਹਨਾਂ ਦੇ ਖਿਲਾਫ ਕੀਤੀ ਹੈ। ਦੋਨਾਂ ਧਿਰਾਂ ਦੇ ਖਿਲਾਫ ਅਸੀਂ ਦੋ ਵੱਖ ਵੱਖ FIR ਉਹਨਾਂ ਦੇ ਖਿਲਾਫ ਰਾਹ ਰੋਕਣ ਸੰਬੰਧੀ ਅਤੇ ਉਹਨਾਂ ਦੇ ਖਿਲਾਫ ਜਿਹੜੇ ਦੁਕਾਨਾਂ 'ਤੇ ਧੱਕੇ ਨਾਲ ਕਬਜ਼ਾ ਕਰਨ ਸੰਬੰਧੀ ਦੋ FIR ਵੱਖ ਵੱਖ ਦਰਜ ਕੀਤੀਆਂ। ਉਹ ਅਜੇ ਚੱਲ ਰਿਹਾ ਸਾਡਾ ਪ੍ਰੋਸੈਸ, ਅੰਡਰ ਇਨਵੈਸਟੀਗੇਸ਼ਨ ਹੈ, ਉਹ ਅਸੀਂ ਪ੍ਰੋਪਰ ਕੰਪਲੀਟ ਕਰਕੇ ਤੁਹਾਨੂੰ ਦੱਸਾਂਗੇ ਕਿ ਟੋਟਲ ਕਿੰਨੇ ਬੰਦੇ ਰਾਊਂਡ ਅਪ ਹੋ ਗਏ। ਉਹਦੇ ਬਾਰੇ ਵੀ ਅਜੇ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਨੇ, ਉਹ ਗਈਆਂ ਨੇ ਟੀਮਾਂ ਸਾਡੀਆਂ, ਜਿਵੇਂ ਹੀ ਸਾਰਾ ਕੰਪਲੀਟ ਹੁੰਦਾ ਅਸੀਂ ਤੁਹਾਨੂੰ ਦੱਸ ਦੇਣਾ। ਜਿਸ ਤਰ੍ਹਾਂ ਕੁਛ ਕਰਮਚਾਰੀ ਨੇ ਉਹਨਾਂ ਦੇ ਜਿਨ੍ਹਾਂ ਨੇ ਜਿੰਦੇ ਲਾਏ ਸੀ, ਠੀਕ ਹੈ, ਕਰੀਬ 4-5 ਬੰਦੇ ਉਹਨਾਂ ਦੇ, ਅਤੇ ਉਹਨਾਂ ਦੇ ਵੀ ਕਰੀਬ 5-6 ਬੰਦੇ ਦੂਸਰੀ ਧਿਰ ਦੇ ਆ, ਬਟ ਉਹਨਾਂ ਦੇ ਅਜੇ ਜਿਹੜੇ ਨਾਮ ਵਗੈਰਾ ਉਹ ਅਸੀਂ ਪ੍ਰੋਪਰ ਸਾਰਾ ਕਰਕੇ ਤੁਹਾਨੂੰ ਦੱਸ ਦਿੰਦੇ। ਅਜੇ ਇਨਵੈਸਟੀਗੇਸ਼ਨ ਦਾ ਵਿਸ਼ਾ ਕਿਹੜਾ ਕਿਹੜਾ ਉਹ ਹੋ ਗਿਆ, ਕਿਉਂਕਿ ਅਜੇ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਨੇ, ਉਹਦੇ ਵਿੱਚ ਮੰਨ ਲਓ ਕੋਈ ਦੋ ਵੱਧ ਵੀ ਸਕਦੇ। ਧਰਨਾ ਬਿਲਕੁਲ ਖਤਮ ਹੋ ਗਿਆ ਜੀ, ਪੀਸਫੁਲੀ ਮਾਹੌਲ ਸਾਰਾ ਅਸੀਂ ਸ਼ਾਂਤ ਕਰ ਲਿਆ, ਅਤੇ ਜਿਹੜਾ ਦੋਨਾਂ ਧਿਰਾਂ ਦੇ ਖਿਲਾਫ ਵੱਖੋ ਵੱਖ ਦੋ FIR ਅਸੀਂ ਅੱਜ ਦਰਜ ਕਰ ਦਿੱਤੀਆਂ।